ਦੋਸਤੋ ਟੈਕਨੀਕਲ ਜੋਬ ਪੁਆਇੰਟ ਚੈਨਲ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਇੰਡੀਅਨ ਆਰਮੀ ਦੇ ਵੱਲੋਂ ਭਰਤੀ ਦਾ ਅਨਾਊਂਸਮੈਂਟ ਕੀਤਾ ਗਿਆ ਹੈ। ਇਸ ਭਰਤੀ ਦੇ ਲਈ ਫੀਮੇਲ ਕੈਂਡੀਡੇਟ ਅਪਲਾਈ ਕਰ ਸਕਦੇ ਹਨ। ਅੱਜ 5 ਜੂਨ 2021 ਦਾ ਲੇਟੈਸਟ ਨੋਟੀਫਿਕੇਸ਼ਨ ਹੈ। ਅਪਲਾਈ ਕਰਨ ਦੇ ਲਈ ਘੱਟੋ ਘੱਟ 10ਵੀਂ ਪਾਸ ਹੋਣੀ ਚਾਹੀਦੀ ਹੈ। ਉਮਰ 17.5 ਤੋਂ 21 ਸਾਲ ਤੱਕ ਰੱਖੀ ਗਈ ਹੈ। ਫਾਰਮ ਭਰਨ ਦੀ ਕੋਈ ਵੀ ਫੀਸ ਨਹੀਂ ਹੈ। ਸਿੱਧੀ ਭਰਤੀ ਹੋਵੇਗੀ। ਦੋਸਤੋ ਇਸ ਭਰਤੀ ਦੇ ਲਈ ਤੁਹਾਨੂੰ ਪੂਰਾ ਡਿਟੇਲ ਦੇ ਵਿੱਚ ਦੱਸਿਆ ਜਾਵੇਗਾ। ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਜੇਕਰ ਦੋਸਤੋ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਅੱਗੇ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਚਲੋ ਦੋਸਤੋ ਚੱਲਦੇ ਹਾਂ ਜੀ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਪਰ। ਹਾਂਜੀ ਦੋਸਤੋ ਇੰਡੀਅਨ ਆਰਮੀ ਦੇ ਵੱਲੋਂ ਰਿਕਰੂਟਮੈਂਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਫਾਰਮ ਤੁਸੀਂ ਔਨਲਾਈਨ ਅਪਲਾਈ ਕਰਨਾ ਹੋਵੇਗਾ। ਫੀਮੇਲ ਕੈਂਡੀਡੇਟ ਅਪਲਾਈ ਕਰ ਸਕਦੇ ਹਨ। ਟੋਟਲ ਪੋਸਟਾਂ ਦੀ ਗਿਣਤੀ ਹੈ ਜੀ 100। ਪੋਸਟ ਹੈ ਸੋਲਜਰ, ਜਰਨਲ ਡਿਊਟੀ, ਵੂਮੈਨ, ਮਿਲਟਰੀ, ਪੁਲਿਸ। ਭਰਤੀ ਦੇ ਲਈ ਔਨਲਾਈਨ ਰਜਿਸਟ੍ਰੇਸ਼ਨ ਮੈਂਡੇਟਰੀ ਹੋਵੇਗੀ, ਜੋ ਕਿ 6 ਜੂਨ 2021 ਤੋਂ 20 ਜੁਲਾਈ 2021 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ। ਐਡਮਿਟ ਕਾਰਡ ਤੁਹਾਡੀ ਰਜਿਸਟਰਡ ਈਮੇਲ ID 'ਤੇ ਸੈਂਡ ਕੀਤਾ ਜਾਵੇਗਾ। ਭਰਤੀ ਰੈਲੀ ਅੰਬਾਲਾ, ਲਖਨਊ, ਜਬਲਪੁਰ, ਬੇਲਗਾਓਂ, ਪੂਨੇ ਅਤੇ ਸਿਲੋਂਗ ਦੇ ਵਿੱਚ ਕੀਤੀ ਜਾਵੇਗੀ। ਆਪਣੀ ਨੇੜੇ ਦੀ ਲੋਕੇਸ਼ਨ ਦੇਖ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਦੋਸਤੋ ਪੋਸਟ ਹੈ ਜੀ ਸੋਲਜਰ, ਜਰਨਲ ਡਿਊਟੀ, ਵੂਮੈਨ, ਮਿਲਟਰੀ, ਪੁਲਿਸ। ਅਪਲਾਈ ਕਰਨ ਦੀ ਉਮਰ ਹੈ ਜੀ 17.5 ਸਾਲ ਤੋਂ ਲੈ ਕੇ 21 ਸਾਲ ਤੱਕ। 1 ਅਕਤੂਬਰ 2000 ਤੋਂ 1 ਅਪ੍ਰੈਲ 2004 ਦੇ ਵਿੱਚ ਜੇਕਰ ਤੁਹਾਡਾ ਬਰਥ ਹੋਇਆ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਕੈਂਡੀਡੇਟ ਦੀ ਹਾਈਟ 152 ਸੈਂਟੀਮੀਟਰ, ਵੇਟ, ਹਾਈਟ ਐਂਡ ਏਜ ਦੇ ਅਕੋਰਡਿੰਗ ਆਰਮੀ ਮੈਡੀਕਲ ਸਟੈਂਡਰਡ ਦੇ ਅਨੁਸਾਰ ਹੋਵੇਗਾ। ਅਪਲਾਈ ਕਰਨ ਦੇ ਲਈ ਕੁਆਲੀਫਿਕੇਸ਼ਨ ਹੈ ਜੀ, ਜੇਕਰ ਤੁਸੀਂ 10ਵੀਂ ਪਾਸ ਕੀਤੀ ਹੈ 45% ਨੰਬਰਾਂ ਦੇ ਨਾਲ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਹੁਣ ਦੋਸਤੋ ਗੱਲ ਕਰਦੇ ਹਾਂ ਜੀ ਫਿਜੀਕਲ ਫਿਟਨੈਸ ਟੈਸਟ ਦੀ। ਨੰਬਰ 1 'ਤੇ 1600 ਮੀਟਰ ਦੀ ਰੇਸ ਹੋਵੇਗੀ, 7 ਮਿੰਟ 30 ਸੈਕਿੰਡ ਦੇ ਵਿੱਚ ਕਲੀਅਰ ਕਰਨੀ ਹੋਵੇਗੀ ਅਤੇ ਗਰੁੱਪ 1 ਦੇ ਵਿੱਚ ਰੱਖਿਆ ਜਾਵੇਗਾ। ਜੇਕਰ ਤੁਸੀਂ 8 ਮਿੰਟ 'ਚ ਕਲੀਅਰ ਕਰਦੇ ਹੋ ਤਾਂ ਤੁਹਾਨੂੰ ਗਰੁੱਪ 2 ਦੇ ਵਿੱਚ ਰੱਖਿਆ ਜਾਵੇਗਾ। ਲੌਂਗ ਜੰਪ 10 ਫੁੱਟ ਦਾ ਹੋਵੇਗਾ, ਹਾਈ ਜੰਪ 3 ਫੁੱਟ ਦਾ ਹੋਵੇਗਾ। ਜਦੋਂ ਤੁਸੀਂ ਭਰਤੀ ਦੇ ਲਈ ਜਾਓਗੇ ਆਪਣੇ ਡਾਕੂਮੈਂਟਸ ਤੁਸੀਂ ਨਾਲ ਲੈ ਕੇ ਜਾਣੇ ਹਨ, ਐਡਮਿਟ ਕਾਰਡ, ਫੋਟੋਗ੍ਰਾਫਸ, ਐਜੂਕੇਸ਼ਨ ਸਰਟੀਫਿਕੇਟ, ਰੈਜੀਡੈਂਸ ਸਰਟੀਫਿਕੇਟ, ਕਾਸਟ ਸਰਟੀਫਿਕੇਟ, ਰਿਲੀਜੀਅਨ ਸਰਟੀਫਿਕੇਟ। ਜੇਕਰ ਤੁਹਾਡੇ ਕੋਲ NCC ਸਰਟੀਫਿਕੇਟ ਹੈ ਤਾਂ ਤੁਸੀਂ ਉਹ ਵੀ ਨਾਲ ਲੈ ਕੇ ਜਾਓਗੇ। ਰਿਲੇਸ਼ਨਸ਼ਿਪ ਸਰਟੀਫਿਕੇਟ, ਬੈਂਕ ਅਕਾਊਂਟ, ਪੈਨ ਕਾਰਡ, ਆਧਾਰ ਕਾਰਡ ਤੁਸੀਂ ਨਾਲ ਜ਼ਰੂਰ ਲੈ ਕੇ ਜਾਣਾ ਹੈ। ਜਦੋਂ ਤੁਸੀਂ ਐਡਮਿਟ ਕਾਰਡ ਡਾਊਨਲੋਡ ਕਰੋਗੇ ਤਾਂ ਇੱਕ ਐਫੀਡੇਵਿਟ ਵੀ ਡਾਊਨਲੋਡ ਹੋਵੇਗਾ, ਉਸ 'ਤੇ 10 ਰੁਪਏ ਦੀ ਤੁਸੀਂ ਸਟੈਂਪ ਲਗਵਾ ਕੇ ਜਾਣੀ ਹੈ ਅਤੇ ਕੰਪਲੀਟ ਕਰਕੇ ਨਾਲ ਲੈ ਕੇ ਜਾਣਾ ਹੈ। ਫਾਰਮ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ 'ਤੇ ਵਿਜਿਟ ਕਰ ਸਕਦੇ ਹੋ, www.joinindianarmy.nic.in 'ਤੇ। ਦੋਸਤੋ ਫਾਰਮ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਨੋਟੀਫਿਕੇਸ਼ਨ ਨੂੰ ਇੱਕ ਵਾਰੀ ਜ਼ਰੂਰ ਰੀਡ ਕਰ ਲਿਓ। ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਪਲੱਸ ਟੈਲੀਗ੍ਰਾਮ ਚੈਨਲ ਦੇ ਵਿੱਚ ਮਿਲ ਜਾਏਗਾ। ਉਮੀਦ ਕਰਦਾ ਦੋਸਤੋ ਮੇਰੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਲਾਈਕ ਕਰ ਦਿਓ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ।